ਇੱਕ ਹੋਰ ਗੱਲ ਹੈ, ਮੈਂ ਕਿਤਾਬ ਪੜ੍ਹਿਆ ਅੱਜ ਕੱਲ ਹਾਈ ਟੈਂਸ਼ਨ ਬਲੱਡ ਪ੍ਰੈਸ਼ਰ ਐਵਰੀ ਬਾਡੀ ਸਫਰਿੰਗ, ਅਮਰੀਕਾ ਵਾਲੇ ਦੇਸ਼ਾਂ ਵਿੱਚ ਤਾਂ 70% ਆਰ ਸਫਰਿੰਗ ਫਰੋਮ ਹਾਈ ਟੈਂਸ਼ਨ ਬਲੱਡ ਪ੍ਰੈਸ਼ਰ। ਗੋਲੀਆਂ ਇੰਨੀਆਂ ਬਣਦੀਆਂ ਕਿ ਟਨ ਮਿਲੀਅਨਸ ਆਫ ਟਨ ਦੀਆਂ ਗੋਲੀਆਂ ਇਹ ਸਿਰਫ ਇਹਨੂੰ ਟ੍ਰੈਂਕੁਲਾਈਜ਼ਰ ਗੋਲੀਆਂ ਬਣ ਰਹੀਆਂ ਖਾ ਰਹੇ ਹਾਂ ਔਰ ਅਸੀਂ ਵੀ ਫੋਲੋ ਕਰ ਰਹੇ ਹਾਂ, ਅਸੀਂ ਉਹਦੇ ਇੰਗਲਿਸ਼ ਚ ਬਾਂਦਰ ਜੋ ਹੋ ਰਹੇ। ਇੱਥੇ ਵੀ ਕੀ ਮੈਂ ਕੀ ਕਰਾਂ, ਮੈਂ ਸੰਗਤ ਕਿ ਮੈਨੂੰ ਹਾਈ ਟੈਂਸ਼ਨ ਹੋਈ ਹੈ, ਮੈਨੂੰ ਬਲੱਡ ਪ੍ਰੈਸ਼ਰ ਹੋਇਆ। ਕਿੱਥੋਂ ਹੋਇਆ ਤੁਹਾਡੀ ਟੈਂਸ਼ਨ, ਕਿਉਂ ਦੇਖੋ ਕਿਉਂ ਹੋਇਆ, ਤੁਹਾਡੇ ਅੰਦਰ ਹੋ ਰਿਹਾ ਬਾਹਰ ਹੋ ਰਿਹਾ ਲੁਕਿਆ। ਤੁਸੀਂ ਆਪਣੇ ਅੰਦਰ ਦੀ ਜਿਹੜੀ ਰਿਐਲਿਟੀ ਹੈ ਉਹਨੂੰ ਦਬਾਉਣ ਵਾਸਤੇ, ਉਹਨੂੰ ਲੁਕਾਉਣ ਵਾਸਤੇ ਇੱਕ ਤਾਂ ਬਾਹਰ ਸਾਡੇ ਬਿਜ਼ਨਸ, ਸਾਡੇ ਕਾਰੋਬਾਰ, ਸਾਡੇ ਦੁਨੀਆ, ਉਹ ਸਾਰੀ ਦੁਨੀਆ ਕੂੜ ਹੈ, ਕੂੜ ਨਾਲ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਵੀ ਕੂੜੇ ਬਣਨਾ ਪੈਂਦਾ, ਕੂੜਾ ਮੁਕਾਬਲਾ ਕਰਨ ਵਾਸਤੇ ਕੂੜ ਨਾ ਉਪਲਣਾ। ਪਰ ਬਹੁਤੀ ਗੱਲ ਤਾਂ ਇਹ ਹੈ ਕਿ ਸਾਡੀ ਜਿਹੜੀ ਧਿਆਨ ਹੈ, ਸਾਡੇ ਜਿਹੜੇ ਨਰਸ ਹੈ, ਉਹ ਸਾਡੀ ਜਿਹੜੀ ਅਸਲੀ ਅਸਲੀਅਤ ਹੈ ਨਾ, ਉਹਨੂੰ ਉਸ ਨੂੰ ਦਬਾਉਣ ਯਾਨੀ ਉਹਨੂੰ ਲੁਕਾਉਣ ਵਾਸਤੇ, ਟੂ ਕਵਰ ਅਵਰ ਇਨਰ ਸੈਲਫ ਨੂੰ, ਆਪਣੀ ਔਕੜਾਂ ਨੂੰ ਲੁਕਾਉਣ ਵਾਸਤੇ। ਆ ਜਿਹੜੇ ਅਸੀਂ ਬੜੇ ਬੜੇ ਭਲੇ ਭਲੇਰੇ ਬਣੇ ਫਿਰਦੇ ਹਾਂ, ਚੋਰੀਆਂ ਪਾ ਰਹੇ, ਅਸੀਂ ਸਾਧ ਸੰਤ ਬਣੇ ਫਿਰਦੇ ਹਾਂ, ਸਾਡੇ ਅੰਦਰ ਵਿੱਚ ਡਬਲ ਪਰਸਨੈਲਿਟੀ ਹੈਗੀ, ਅਸੀਂ ਜੈ ਮੈਂ ਚੋਲਾ ਦਬਾਇਆ ਤੇ ਉਹ ਇਹਨੂੰ ਆਚਰਨ ਲੱਗੇ, ਉਹ ਉਸ ਨੂੰ ਬਚਾਉਣ ਲਈ ਬਾਰਨ ਬੜੇ ਹਾਂ ਬੜੇ ਗੰਭੀਰ ਜਿਹਾ ਪਾਥੀਆ ਜਿਹਾ ਮੂੰਹ ਬਣਾਇਆ, ਸੀਰੀਅਸ ਜਿਹਾ ਬਣਾ ਉੱਥੇ ਪੈਂਦੇ ਆ, ਟੱਚ ਮੀ ਨੋਟ ਐਂਡ ਆਲ। ਜਦੋਂ ਉਹ ਆਪਣੇ ਆਪ ਚੁੰਦਾ ਹੀ ਇਜ਼ ਅ ਡਿਫਰੈਂਟ ਮੈਨ, ਸੋ ਆਪਣੀ ਅਸਲੀਅਤ ਨੂੰ ਛੁਪਾਉਣ ਲਈ ਹੀ ਸਾਡੀ ਟੈਨਸ਼ਨ ਇੰਨੀ ਖੜੀ। ਹਾਂਜੀ ਦੇਖੋ ਟੈਨਸ਼ਨ ਇੱਕ ਆਦਮੀ ਹੋਵੇ ਜੀ, ਰੱਬ ਨੇ ਦਾੜੀ ਦਿੱਤੀ ਹੈ, ਕਿਆ ਸੋਹਣੀ ਦਾੜੀ ਦਿੱਤੀ ਹੈ, ਇਹਨੂੰ ਚੰਗਾ ਫੇਲ ਫਿਨਿਸ਼ ਇਨ ਵਨ ਮਿੰਟ, ਤੇ ਅਸੀਂ ਕਹਿੰਦੇ ਹਾਂ ਨਹੀਂ ਮੈਂ ਆਈ ਵਾਂਟ ਲੁੱਕ ਬੈਟਰ। ਤੇ ਉਹ ਡੁਪਲੀਕੇਟ ਪਰਸਨ ਬਣ ਵਾਸਤੇ ਰੋਜ਼ ਸਵੇਰੇ ਉੱਠ ਕੇ ਰੇਜ਼ਰ ਫੇਰਦੇ ਆ, ਉਹ ਇਹ ਕਰਦੇ ਫਿਰ ਪਾਊਡਰ ਲਾਉਂਦੇ ਆ, ਫਿਰ ਇਹ ਕਰਦੇ ਆ, ਉਹ ਫਿਰ ਦੂਏ ਦਿਨ ਫਿਰ ਅੱਗੇ ਆਉਂਦੀ ਹੈ। ਕਿੰਨੇ ਕਿੰਨੇ ਅਜੀਬ ਗੱਲ ਹੈ, ਕਿਉਂ ਰਿਵਰ ਰੱਬ ਨਾਲ, ਰੱਬ ਤੋਂ ਜਿਹੜੀ ਰੱਬ ਨੇ ਚੀਜ਼ ਬਣਾਈ ਹੈ ਉਸ ਤੋਂ ਚੰਗੇ ਬਣਨਾ ਮੰਗਦੇ ਆ। ਹਾਂਜੀ ਸਨਾਨੀਆਂ ਚੰਗੀ ਭਲੀਆਂ ਰੱਬ ਨੇ ਸੋਚਿਆ, ਅੱਜ ਹੀ ਅੱਜ ਹੀ ਇੱਕ ਬੀਬੀ ਨੂੰ ਮੈਂ ਕਿਹਾ ਉਹਦੇ ਨਾ ਤਾਂ ਮੈਂ ਹੇਠਾਂ ਵੱਲ ਚੱਕ ਕੇ ਉਹਦੇ ਪੈਰਾਂ ਨਾ ਤਾਂ ਨੋ ਪੋਲਿਸ਼ ਕੀਤੇ ਲਾਲ, ਤੇ ਨਾਲੇ ਇੱਥੇ ਪੈਰ ਦੀ ਉਂਗਲੀ ਚ ਛੱਲਾ ਪਾਇਆ ਹੋਇਆ। ਮੈਂ ਕਿਹਾ ਕਿਉਂ ਬਈ, ਤੈਨੂੰ ਰੱਬ ਨੇ ਕਿਆ ਸੋਹਣੇ ਪੈਰ ਦਿੱਤੇ ਹੈ, ਯੂ ਵਾਂਟ ਟੂ ਬੀ ਬੈਟਰ ਦੈਨ ਗੋਡ, ਬਾਬੇ ਨੇ ਬੜੀ ਗਲਤੀ ਕੀਤੀ, ਰੱਬ ਨੇ ਡੈਫੀਸ਼ੀਐਂਸੀ ਕੀਤੀ, ਫਿਰ ਛੱਲਾ ਵੀ ਨਾਲ ਪੈ ਰੱਖਣਾ ਸੀਗਾ ਤੇ ਨਾ ਵੀ ਨਾਲ ਹੋਣੇ ਚਾਹੀਦੇ ਸੀਗੇ। ਦੇਖੋ ਅਸੀਂ ਕਿਆ ਕੁਛ ਕਰਦੇ, ਟੈਨਸ਼ਨ ਕਿਉਂ ਨਾ ਹੋਵੇ, ਟੈਨਸ਼ਨ ਕਿਉਂ ਨਾ ਹੋਵੇ। ਔਰ ਮੇਕਅਪ ਕਰਨ ਵਾਸਤੇ ਸਾਡੀ ਛੋਟੀ ਨਵਾਂ ਇਤਨੀ ਉਹ ਉਹਨੇ ਚੱਲਣਾ ਵੀ ਫਲਾਨੀ ਪਾਰਟੀ ਤੇ ਚੱਲਣਾ ਹੈ ਜਾਂ ਫਲਾਨੀ ਚੜ੍ਹਨਾ, ਉਹ ਜਿਉਂ ਅੰਦਰ ਵੜੂਗੀ ਲੋਕਅਪ ਕਰ ਲੂ, ਡੇਢ ਘੰਟਾ ਚਾਹੀਦਾ, ਸਾਰੇ ਤਿਆਰ ਹੋ ਕੇ ਉੱਥੇ ਸੜਕ ਤੇ ਖੜੇ ਹੁੰਦੇ ਤੇ ਉਹਦੀ ਮੇਕਅਪ ਨੀ ਖਤਮ ਹੁੰਦੀ। ਕਿਉਂ ਬਾਹਰ ਮੁਖੀ ਡਬਲ ਪਲੇ ਤੇ। ਹਾਂ ਇੱਕ ਵਾਰੀ ਅਸੀਂ ਇੰਡੀਆ ਚੋਂ ਬਾਹਰ ਮੈਨੂੰ ਆ ਰਹੇ ਸੀਗੇ ਤੇ ਜਹਾਜ਼ ਤੇ ਚੜੇ ਤੇ ਇੱਕ ਨਵੀਂ ਨਵੀਂ ਵਿਆਹੀ ਕੁੜੀ ਉਹਦੇ ਤੇ ਉਹਦੀ ਇੰਨੀ ਮੇਕਅਪ ਕੀਤੀ ਹੈ ਦੇਖ ਦੇਖ ਕੇ ਫਮੀ ਫੈਰੀ ਫਰੋਮ ਡਾਇਰੈਕਟ ਫਰੋਮ ਸਕਾਈ ਆਈ ਹੋਣੀ ਹੈ ਤੇ ਐਂ ਰੱਖੇ ਇੱਕ ਅੱਖਾਂ ਕੋਈ ਚਾਟ ਲਵੇ ਤਾਂ ਉਦੋਂ ਅੱਖਾਂ ਲਾਂਬੇ ਕਰਨ, ਇੰਨੀ ਉਹਨੇ ਮੇਕਅਪ ਕੀਤੀ ਹੋਈ। ਜਦੋਂ ਆਏ ਜਹਾਜ਼ ਤੇ ਜਹਾਜ਼ ਜੋ ਤੂਫਾਨ ਆਉਣ ਲੱਗਿਆ, ਜਿਉਂ ਉਹ ਉਲਟੀ ਕਰਨ ਲੱਗੀ ਕਿ ਸਿਕੰਦਰੇ ਮੇਕਅਪ ਰੋਲਿੰਗ ਉੱਠੀਆਂ ਸ਼ੁਰੂ ਹੋ ਗਈਆਂ ਤੇ ਉਹ ਬਾਲ ਖੁੱਲੇ ਹੋਏ ਤੇ ਹਾਏ ਹਾਏ ਕਰੇ ਤੇ ਉਹਦੀ ਮੇਕਅਪ ਮੁਕਅਪ ਤਾਂ ਸਾਰੀ ਚਲੀ ਗਈ। ਕੀ ਨਹੀਂ ਦੇਖੋ ਉਹ ਲੱਗੇ ਡੈਡ ਡਬਲ ਬਾਹਰੋਂ ਡਬਲ ਆਤਾ ਤੀਸਰੀ ਦਾ ਉਹ ਤਾਂ ਆਊਟ ਆਫ ਕੁਐਸਚਨ ਹੈ ਜੀ, ਆਤਮਾ ਤਾਂ ਆਊਟ ਆਫ ਕੁਐਸਚਨ ਹੈ। ਬਾਹਰ ਵੀ ਦੋ ਚੀਜ਼ਾਂ ਬਣੀਆਂ, ਉਹ ਅੰਦਰਲੀ ਜਿਹੜੀ ਅਸਲੀਅਤ ਉਹਨੂੰ ਲੁਕੋ ਕੇ ਰੱਖਣ ਦੇ, ਸਾਡੀ ਬਹੁਤ ਸਾਰੀ ਐਨਰਜੀ ਸਾਡੀ ਅਸਲੀਅਤ ਜਿਹੜੀ ਹੈਗੀ ਉਹਨੂੰ ਲੁਕਾਉਣ ਵਾਸਤੇ ਹੈ, ਜਿਹੜੀ ਅਣਪਛਾਣ ਹੈ। ਅਸੀਂ ਰੀਅਲ ਮੈਨ ਜਿਹੜਾ ਹੈਗਾ ਉਹ ਤਾਂ ਇੱਕ ਪਾਸੇ ਰਿਹਾ, ਜਿਹੜਾ ਮਿਡਲ ਮੈਨ ਹੈ
ਉਹਨੂੰ ਵੀ ਲੁਕਾਉਣ ਵਾਸਤੇ ਕਿਤੇ ਪਤਾ ਨਾ ਲੱਗ ਜਾਵੇ ਕਿ ਮੈਂ ਸ਼ਰਾਬ ਪੀਣਾ ਹੈ ਜਾਂ ਮੈਂ ਇਹ ਕਰਦਾ। ਮੇਰੇ ਅੰਦਰ ਪੰਜ ਜਿਹੜੇ ਚੀਜ਼ਾਂ ਬੜੇ ਪ੍ਰੀਡੋਮੀਨੈਂਟ ਹੈ ਆਪਣੇ ਉਹਨੂੰ, ਜਦੋਂ ਫਿਰ ਦੋਸਤਾਂ ਵਿੱਚ ਜਾਂਦਾ ਹੈ ਤੇ ਉਦੋਂ ਫਿਰ ਦੌੜ ਚੱਲਦਾ, ਉਦੋਂ ਫਿਰ ਅਸਲੀਅਤ ਵੀ ਬਾਹਰ ਨਿਕਲੀ। ਉਹ ਉਹਨੂੰ ਗਾਰਡ ਕਰਨ ਵਾਸਤੇ ਆਪਣੀ ਅਸਲੀਅਤ ਨੂੰ, ਜਿਹੜਾ ਮਿਡਲ ਮੈਨ ਹੈ ਉਹਨੂੰ ਗਾਰਡ ਕਰਨ ਤੇ ਉਹਦੇ ਨਵ ਖਰਚੇ ਹੁੰਦੇ, ਕਿਤੇ ਪਤਾ ਨਾ ਲੱਗੇ ਸਰ, ਕਿਤੇ ਪਤਾ ਨਾ ਲੱਗੇ। ਜੋ ਆਪਣੇ ਵਰਗਿਆਂ ਨੂੰ ਜਾਂਦਾ ਉੱਥੇ ਗਾਰਡ ਕਰਦੇ, ਕਦੇ 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 ਅਸੀਂ ਆਫ ਗਾਰਡ ਹੋ ਜਾਂਦੇ। ਜੋ ਆਫ ਗਾਰਡ ਹੁੰਦੇ ਉਹਦੀ ਅਸਲੀਅਤ ਬਾਹਰ ਆ ਜਾਂਦੀ ਹੈ। ਉਹ ਇਵੇਂ ਹੈ ਨਾ, ਤੇ ਜਨਾਨੀ ਆਦਮੀ ਅੱਜ ਕੱਲ ਤਾਂ ਜਨਾਨੀਆਂ ਨੂੰ ਕੀ ਕਹਿਣਾ, ਅੱਜ ਕੱਲ ਤਾਂ ਆਦਮੀ ਮੁੰਡੇ ਮੈਂ ਦੇਖੇ ਹੈ। ਸਾਡਾ ਇੱਕ ਜਵਾਈ ਹੁੰਦਾ ਸੀਗਾ, ਉਹਨੇ ਵੀ ਜਦੋਂ ਨਾ ਨੂੰ ਕਿ ਇੰਨਾ ਚਿਰ ਨਹਾਉਣਾ ਉੱਥੇ, ਦੋ ਤਿੰਨ ਵਾਰੀ ਅਸੀਂ ਨਹਾ ਸਕਦੇ, ਜਿੰਨੇ ਚਿਰ ਉਹਨੇ ਨਹਾਉਣਾ ਬਾਹਰ ਆਉਣਾ ਤੇ ਮੇਜ਼ ਤੇ ਕਿੰਨਾ ਕੁਛ ਲਿਆ ਕੇ ਰੱਖ ਜਾਣਾ, ਜੇ ਜਨਾਨੀਆਂ ਨੇ ਕਿੰਨੀਆਂ ਸ਼ੀਸ਼ੀਆਂ ਚੂਸੀਆਂ ਹੁੰਦੀਆਂ, ਉਹਨੂੰ ਮੇਕਅਪ ਕਰਨਾ ਸੀ, ਦਾੜੀ ਬੰਨਣ ਵਾਸਤੇ ਮੇਕਅਪ ਕਰਨ ਵਾਸਤੇ ਵੀ ਉਹਨੂੰ ਘੰਟਾ ਲੱਗ ਜਾਣਾ। ਮੈਂ ਕਿਹਾ ਹੀਅਰ ਇਜ਼ ਦ ਵੂਮਨ ਇਨ ਦ ਸ਼ੇਪ ਆਫ ਮੈਨ। ਅਸੀਂ ਕੀ ਕਰਦੇ ਫਿਰਦੇ ਹਾਂ, ਤੇ ਫਿਰ ਕਹਿੰਦੇ ਟੈਨਸ਼ਨ ਟੈਨਸ਼ਨ ਟੈਨਸ਼ਨ, ਇਟ ਇਜ਼ ਮੈਨ ਮੇਡ। ਅਸੀਂ ਆਪਣੀ ਅਸਲੀਅਤ ਨੂੰ ਇਹ ਉਦੋਂ ਪਤਾ ਲੱਗਦਾ ਹੈਗਾ ਜਦੋਂ ਉਹਦੇ ਉੱਪਰੋਂ ਬੜੇ ਪੋਲਿਸ਼ਡ ਲੈਂਗੁਏਜ ਅਸੀਂ ਇਸਤੇਮਾਲ ਕਰਦੇ ਹਾਂ, ਡੀਲਿੰਗ ਦੇ ਵਿੱਚ ਬੜੀ ਪੋਲਿਸ਼ ਹੁੰਦੇ ਹੈ। ਉਦੋਂ ਤਾਂ ਕਹਿੰਦੇ ਜੀ ਅੱਛਾ ਜੀ, ਉਹ ਕਹਿੰਦੇ ਜੀ ਮੈਂ ਤਾਂ 14 ਦੇਣੇ ਆ। ਅੱਛਾ ਜੀ, ਆਖਿਰ ਮੰਨ ਲੈਣੇ 14, ਤੇ ਮਗਰੋਂ ਆਪਣੇ ਨਾਂ ਦੇ ਰੱਖ ਮਾ ਕੇ ਦੇਖਿਆ 4 ਡਾਲਰ ਲਾ ਲੈਣੇ। ਜਦੋਂ ਝੂਠ ਹੈ, ਕੂੜਾ ਸੱਚ ਕੀ ਹੋ ਸਕਦਾ ਹੈ?